ਸ਼੍ਰੀਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਪਿਆਰ, ਮੁਹੱਬਤ, ਪ੍ਰੇਮ, ਇਸ਼ਕ ਜਾਂ ਲਵ, ਕੁਛ ਵੀ ਕਹਿ ਲਓ, ਤੁਹਾਨੂੰ ਇੱਕ ਵਾਰ ਤਾਂ ਜ਼ਰੂਰ ਹੋਇਆ ਹੋਵੇਗਾ। ਕਿੰਨੀ ਡਿਫਰੈਂਟ ਫੀਲਿੰਗ ਹੁੰਦੀ ਹੈ ਨਾ। ਦਿਲ ਕਰਦਾ ਕਿ ਕੋਈ ਸਮਵਨ ਸਪੈਸ਼ਲ ਹੋਵੇ ਜਿਹੜਾ ਸਾਨੂੰ ਹਮੇਸ਼ਾ ਸਪੈਸ਼ਲ ਫੀਲ ਕਰਵਾਉਂਦਾ ਰਹੇ ਅਤੇ ਸਾਡੀ ਇੱਕ ਸਮਾਈਲ ਦੀ ਖਾਤਰ ਉਹ ਕੁਝ ਵੀ ਕਰ ਜਾਵੇ। ਅਤੇ ਖੁਦ ਸੋਚੋ, ਜਦੋਂ ਇਹ ਸਮਵਨ ਸਪੈਸ਼ਲ ਪਬਲਿਕਲੀ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਵੇ ਤਾਂ ਕਿੱਦਾਂ ਦਾ ਫੀਲ ਹੁੰਦਾ ਹੋਵੇਗਾ। ਇੱਦਾਂ ਦੀ ਫੀਲਿੰਗ ਫੀਲ ਕੀਤੀ ਹੈ ਅਨੀਤਾ ਨੇ। ਆਓ ਦੇਖਦੇ ਹਾਂ ਇਸ ਦੀ ਫੁੱਲ ਰਿਪੋਰਟ। ਇੰਡੀਆ ਪਾਕਿਸਤਾਨ ਮੈਚ ਬਹੁਤ ਸਾਰੇ ਕ੍ਰਿਕਟ ਫੈਨਸ ਦੇਖਣ ਆਏ ਸੀ। ਇਹਨਾਂ ਫੈਨਸ ਵਿੱਚੋਂ ਹੀ ਇੱਕ ਫੈਨ ਸੀ ਜਿਸਦਾ ਨਾਂ ਹੈ ਅਨੀਤਾ। ਅਨੀਤਾ ਆਪਣੇ ਬੋਏਫ੍ਰੈਂਡ ਦੇ ਨਾਲ ਇੰਡੀਆ ਪਾਕਿਸਤਾਨ ਮੈਚ ਵੇਖਣ ਆਈ ਸੀ, ਪਰ ਉਹ ਕੀ ਜਾਣਦੀ ਸੀ ਕਿ ਉਸਦਾ ਬੋਏਫ੍ਰੈਂਡ ਉਸਦੇ ਨਾਲ ਪੂਰੇ ਸਟੇਡੀਅਮ ਸਾਹਮਣੇ ਇੱਕ ਲਵ ਮੈਚ ਖੇਡ ਜਾਵੇਗਾ। ਜੀ ਹਾਂ, ਅਨੀਤਾ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਸਦਾ ਬੋਏਫ੍ਰੈਂਡ ਆਪਣੇ ਗੋਡਿਆਂ ਦੇ ਭਾਰ ਬੈਠ ਕੇ ਇੱਕ ਅੰਗੂਠੀ ਨਾਲ ਉਸਨੂੰ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਿਹਾ ਹੈ। ਅਤੇ ਇਸ ਤੋਂ ਬਾਅਦ ਅਨੀਤਾ ਦਾ ਰਿਐਕਸ਼ਨ ਤਾਂ ਦੇਖਦੇ ਹੀ ਬਣਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਸਾਰੇ ਕ੍ਰਿਕਟ ਫੈਨਸ ਅਤੇ ਹੋਰ ਵੀ ਕਈ ਲੋਕ ਉਹਨਾਂ ਨੂੰ ਖੁਸ਼ਹਾਲ ਜ਼ਿੰਦਗੀ ਲਈ ਦੁਆਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਵਿਰਸਾ ਲਾਈਵ ਟੀਵੀ ਵੀ ਦੁਆ ਕਰਦਾ ਹੈ ਕਿ ਅਨੀਤਾ ਆਪਣੇ ਪਾਰਟਨਰ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ। ਦਿਨ ਭਰ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਵਿਰਸਾ ਲਾਈਵ ਟੀਵੀ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।